ਵਾਤਾਵਰਨ ਜੇ ਟੈਂਪਰੇਚਰ ਗਰਮੀ ਇੰਨੀ ਵੱਧ ਚੁੱਕੀ ਹੈ, ਇੰਨੀਆਂ ਮੌਤਾਂ ਹੋਣ ਡੀਆਂ ਵਾ, ਅਸੀਂ ਕੁਦਰਤ ਨਾਲ ਵੈਰ ਲੈ ਲਿਆ। ਧੜਾ ਧੜ ਰੁੱਖ ਵੱਢ ਤੇ ਸੜਕਾਂ ਤੇ ਬਣਾ ਦਿੱਤੀਆਂ, ਪਰ ਸੜਕਾਂ ਤੇ ਜੇ ਚੱਲਣ ਵਾਲਾ ਕੋਈ ਬੰਦਾ ਹੀ ਨਾ ਰਹੂਗਾ ਫਿਰ ਕੀ ਫਾਇਦਾ ਸੜਕਾਂ ਬਣਾਉਣ ਦਾ। ਅੱਜ ਟੈਂਪਰੇਚਰ ਜੇ 47 ਡਿਗਰੀ ਪਹੁੰਚ ਗਿਆ ਨਾ, ਤੇ ਉਹਦੇ ਵਿੱਚ ਸਾਡੀ ਹੀ ਮਤਲਬ ਅਣਗਹਿਲੀ ਸੀ। ਹੁਣ 47-48 ਤੋਂ 60 ਪਹੁੰਚਣ ਲੱਗਿਆ ਟਾਈਮ ਨਹੀਂ ਲੱਗਣਾ। 10 ਲੱਖ ਰੁੱਖ ਲਾਉਣ ਦਾ ਟੀਚਾ ਜਿਹੜਾ ਵਾ ਉਹ ਪੂਰਾ ਕਰਤਾ, ਸ਼ੁਰੂ ਕਰਤਾ ਜੀ ਅਸੀਂ। ਹੁਣ ਅਸੀਂ ਲਗਭਗ 50,000 ਦੇ ਕਰੀਬ ਰੁੱਖ ਵੰਡਦੇ ਆ। ਕਿਸੇ ਨੂੰ ਜ਼ਰੂਰਤ ਆ, ਹਲਕਾ ਜੰਡਿਆਲਾ ਗੁਰੂ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਉਹ ਸਾਨੂੰ ਦੱਸੇ ਅਸੀਂ ਉਹਨਾਂ ਦੇ ਨਾਲ ਕਿਤੇ ਰੁੱਖ ਦੀ ਲੋੜ ਆ, ਕਿਤੇ ਕਿਸੇ ਤਰ੍ਹਾਂ ਦਾ ਮਤਲਬ ਲਾਉਣੇ ਆ, ਅਤੇ ਅਸੀਂ ਉਹਨਾਂ ਦੇ ਨਾਲ ਖਲੋਵਾਂਗੇ ਹਰ ਜਗ੍ਹਾ। ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ। ਅੱਜ ਗੱਲ ਕਰਨ ਜਾ ਰਹੇ ਹਾਂ ਵਾਤਾਵਰਨ ਦੀ। ਸਾਡੇ ਦੇਸ਼ ਦਾ ਵਾਤਾਵਰਨ ਇੰਨਾ ਖਰਾਬ ਹੋ ਗਿਆ ਕਿ ਜਿੰਨਾ ਵੀ ਝੂਠ ਮਾਰ ਲਓ ਉਨਾ ਹੀ ਥੋੜ੍ਹਾ ਵਾ। ਅੱਜ ਅਸੀਂ GT ਰੋਡ 'ਤੇ ਖੜ੍ਹੇ ਹਾਂ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦੂਰ ਤੱਕ ਕੈਮਰਾ ਮਾਰਿਓ, ਕਿਤੇ ਵੀ ਤੁਹਾਨੂੰ ਰੁੱਖ ਨਹੀਂ ਨਜ਼ਰ ਨਹੀਂ ਆਊਗਾ। ਜਦਕਿ ਕਿਸੇ ਸਮੇਂ ਇੱਥੇ ਬਹੁਤ ਸਾਰੇ ਰੁੱਖ ਹੁੰਦੇ ਸੀ, ਔਰ ਅੱਜ ਵੇਖੋ ਜਿੱਥੋਂ ਤੱਕ ਵੀ ਸਾਡਾ ਧਿਆਨ ਜਾਂਦਾ ਵਾ ਕਿਤੇ ਵੀ ਸੜਕ ਦੇ ਉੱਤੇ ਰੁੱਖ ਨਹੀਂ ਹੈਗਾ। ਸਾਡੇ ਕੋਲ ਇੱਥੇ ਕਾਂਗਰਸ ਦੇ, OBC ਸੈੱਲ ਦੇ, ਪੰਜਾਬ ਦੇ ਪੰਜਾਬ ਕਾਂਗਰਸ ਦੇ OBC ਸੈੱਲ ਦੇ ਪ੍ਰਧਾਨ ਸੋਨੂ ਜੰਡਿਆਲਾ ਜੀ ਸਾਡੇ ਕੋਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੋਨੂ ਜੀ, ਸਭ ਤੋਂ ਪਹਿਲਾਂ ਤਾਂ ਸਮਰ ਨਿਊਜ਼ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਬਹੁਤ ਬਹੁਤ ਧੰਨਵਾਦ ਭਾਅ ਜੀ, ਤੁਹਾਡਾ ਸਮੁੱਚੀ ਸਮਰ ਨਿਊਜ਼ ਦੀ ਟੀਮ ਦਾ। ਦੇਖੋ ਜੀ, ਅੱਜ ਆਪਾਂ ਦੇਖ ਰਹੇ ਹਾਂ ਕਿ ਵਾਤਾਵਰਨ ਸੰਬੰਧੀ ਆਪਾਂ ਗੱਲ ਕਰਨ ਜਾ ਰਹੇ ਹਾਂ, ਔਰ ਜਿੱਦਾਂ ਆਪਣੇ ਗਰਮੀ ਦਾ ਪ੍ਰਕੋਪ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਵਾ, ਔਰ ਸਾਰੀਆਂ ਸੰਸਥਾਵਾਂ ਔਰ ਸਰਕਾਰੀ ਅਦਾਰੇ ਔਰ ਪਾਰਟੀਆਂ ਵਾਲੇ ਵੀ ਮੇਰੇ ਖਿਆਲ ਇਸ ਪਾਸੇ ਨੂੰ ਚੱਲ ਪਿਆ ਵੀ ਅਸੀਂ ਹੁਣ ਰੁੱਖ ਲਗਾਉਣੇ ਵੱਧ ਤੋਂ ਵੱਧ। ਤੁਹਾਡੀ ਕੀ ਰਾਏ ਇਹਦੇ ਬਾਰੇ? ਬਿਲਕੁਲ ਜੀ, ਗੁਰੂ ਨਾਨਕ ਸਾਹਿਬ ਨੇ ਤਾਂ ਪਹਿਲਾਂ ਕਹਿ ਤਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਪਵਨ ਜਿਹੜੇ ਅਸੀਂ ਸਵਾਸ ਲੈਂਦੇ ਹਾਂ ਉਹ ਸਾਡਾ ਗੁਰੂ ਆ, ਪਾਣੀ ਸਾਡਾ ਪਿਤਾ ਵਾ, ਧਰਤੀ ਸਾਡੀ ਮਾਤਾ ਵਾ। ਪਵਨ ਨੂੰ ਅਸੀਂ ਅੱਗ ਲਾ ਲਾ ਕੇ ਦੂਸ਼ਿਤ ਕਰਤਾ, ਧਰਤੀ ਨੂੰ ਅਸੀਂ ਪਲੂਸ਼ਿਤ ਕਰਤਾ, ਪਾਣੀ ਨੂੰ ਗੰਧਲਾ ਕਰਤਾ, ਜੇ ਪਾਣੀ ਬਹੁਤ ਨੀਵਾਂ ਚੱਲ ਗਿਆ। ਔਰ ਜਿੱਥੇ ਵਾਤਾਵਰਨ ਦੀ ਗੱਲ ਕਰੀਏ, ਵਾਤਾਵਰਨ ਜੇ ਟੈਂਪਰੇਚਰ ਗਰਮੀ ਇੰਨੀ ਵੱਧ ਚੁੱਕੀ ਹੈ, ਇੰਨੀਆਂ ਮੌਤਾਂ ਹੋਣ ਡੀਆਂ ਵਾ, ਅਸੀਂ ਕੁਦਰਤ ਨਾਲ ਵੈਰ ਲੈ ਲਿਆ। ਧੜਾ ਧੜ ਰੁੱਖ ਵੱਢ ਤੇ ਸੜਕਾਂ ਤੇ ਬਣਾ ਦਿੱਤੀਆਂ, ਪਰ ਸੜਕਾਂ ਤੇ ਜੇ ਚੱਲਣ ਵਾਲਾ ਕੋਈ ਬੰਦਾ ਹੀ ਨਾ ਰਹੂਗਾ ਫਿਰ ਕੀ ਫਾਇਦਾ ਸੜਕਾਂ ਬਣਾਉਣ ਦਾ। ਅੱਜ ਜਿੱਥੇ ਪ੍ਰਸ਼ਾਸਨ ਦੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ, ਉੱਥੇ ਸਾਡੀ ਸਾਰਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ। ਕਿਉਂਕਿ ਪਹਿਲਾਂ ਰਿਸ਼ੀ ਮੁਨੀ ਰੁੱਖਾਂ ਦੀ ਪੂਜਾ ਕਰਦੇ ਹੁੰਦੇ ਸੀ ਕਿ ਆਕਸੀਜਨ ਸਾਨੂੰ ਮਿਲਦੀ ਤਾਂ ਕਰਕੇ। ਅੱਜ ਤਾਂ ਅਸੀਂ ਸਾਰੇ ਜਣੇ ਕੁਦਰਤ ਦੇ ਇੰਨੇ ਵੈਰੀ ਬਣੇ ਹਾਂ, ਧੜਾ ਧੜ ਰੁੱਖ ਵੱਢੀ ਜਾਂਦੇ ਹਾਂ, ਔਰ ਜਦੋਂ ਅਸੀਂ ਨਾੜ ਨੂੰ ਅੱਗ ਲਾਉਂਦੇ ਤਾਂ ਸੜਕ 'ਤੇ ਜਿੰਨੇ ਰੁੱਖ ਹੁੰਦੇ ਆ ਉਹ ਤੁਸੀਂ ਅਕਸਰ ਵੀਡੀਓ ਦੇਖਦੇ ਰਹਿੰਦੇ ਜੇ, ਉਹ ਸਾਰਿਆਂ ਨੂੰ ਜਿੱਥੇ ਸਾੜਦੇ ਆ ਵਿਚਾਰਿਆਂ ਨੂੰ, ਪਲਿਆਂ ਰੁੱਖਾਂ ਨੂੰ, ਉਹਦੇ ਨਾਲ ਨਾਲ ਕਈ ਲੋਕ ਹਾਸਿਆਂ ਦੇ ਸ਼ਿਕਾਰ ਹੋ ਜਾਂਦੇ ਆ, ਔਰ ਬਹੁਤ ਸਾਰੇ ਬੇਜ਼ਬਾਨ ਜਿਹੜੇ ਜਾਨਵਰ ਆ ਉਹ ਵੀ ਵਿਚਾਰੇ ਉਹ ਇਸ ਲਪੇਟ 'ਚ ਆ ਜਾਂਦੇ। ਜਦੋਂ ਅਸੀਂ ਕੁਦਰਤ ਨਾਲ ਵੈਰ ਲਵਾਂਗੇ ਤਾਂ ਫਿਰ ਉਹਦਾ ਜਿਹੜਾ ਨਤੀਜਾ ਇਹ ਨਿਕਲਣਾ। ਅੱਜ ਟੈਂਪਰੇਚਰ ਜੇ 47 ਡਿਗਰੀ ਪਹੁੰਚ ਗਿਆ ਨਾ, ਤਾਂ ਉਹਦੇ ਵਿੱਚ ਸਾਡੀ ਹੀ ਮਤਲਬ ਅਣਗਹਿਲੀ ਸੀ। ਹੁਣ 47-48 ਤੋਂ 60 ਪਹੁੰਚਣ ਲੱਗਿਆ ਟਾਈਮ ਨਹੀਂ ਲੱਗਣਾ। ਅੱਜ ਵੀ ਵੇਲਾ ਵਾ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਰੁੱਖ ਲਾਉਣ ਦਾ, ਕਿਉਂਕਿ ਪਾਰਟੀ ਬਾਜ਼ੀ ਤੋਂ ਉੱਠ ਕੇ ਰੁੱਖ ਲਾਈਏ। ਇੱਦਾਂ ਹੀ ਅਸੀਂ ਅੰਮ੍ਰਿਤਸਰ ਦੇ ਵਿੱਚ ਪ੍ਰਣ ਕੀਤਾ ਵਾ
ਉੱਥੋਂ ਦੇ ਤੀਸਰੀ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ ਜੀ, ਔਰ ਉਹਨਾਂ ਦੀ ਅਸੀਂ ਸਮੁੱਚੀ ਟੀਮ ਨੇ 10 ਲੱਖ ਰੁੱਖ ਲਾਉਣ ਦਾ ਟੀਚਾ ਜਿਹੜਾ ਵਾ ਉਹ ਪੂਰਾ ਕਰਤਾ, ਸ਼ੁਰੂ ਕਰਤਾ ਜੀ। ਅਸੀਂ ਹੁਣ ਅਸੀਂ ਲਗਭਗ 50,000 ਦੇ ਕਰੀਬ ਰੁੱਖ ਵੰਡਦੇ ਆ, ਔਰ ਲਾਉਣ ਦਾ ਵੀ ਨਾਲ ਨਾਲ ਕਰ ਰਹੇ ਹਾਂ, ਔਰ ਸਾਰੇ ਮੀਡੀਆ ਨੂੰ ਲੈ ਕੇ ਉਹਨਾਂ ਦੇ ਸਹਿਯੋਗ ਨਾਲ ਕਰ ਰਹੇ, ਔਰ ਸਾਰੇ ਮੀਡੀਆ ਦਾਇਰੇ ਵੀ ਅੱਜ ਸਮਾਜ ਨੂੰ ਬਚਾਉਣ ਦੇ ਲਈ ਉਤਰਿਆ, ਜਿੰਨੇ ਜਿੰਨੇ ਕਿਸੇ ਦੀ ਸ਼ਮਤਾ ਉਹ ਰੁੱਖ ਲਾ ਰਿਹਾ। ਔਰ ਇੱਦਾਂ ਹੀ ਜੇਕਰ ਅਸੀਂ ਆਹ ਰੋਡ 'ਤੇ ਦੇਖੀਏ, ਮੈਂ ਜੰਡਿਆਲੇ ਦੇ ਨੈਸ਼ਨਲ ਹਾਈਵੇ 'ਤੇ ਖੜ੍ਹਾਂ, ਇੱਥੇ ਤੁਸੀਂ ਵੇਖ ਲਓ ਵੀ ਆ ਕਿਤੇ ਵੀ ਪਾਣੀ ਨਹੀਂ ਇਹਨਾਂ ਬੂਟਿਆਂ ਨੂੰ ਕਿਤੇ ਪਿਆ, ਨਾ ਹੀ NHA ਵੱਲੋਂ ਕੋਈ ਰੁੱਖ ਲਗਾਇਆ ਗਿਆ, ਨਾ ਹੀ ਜੰਗਲਾਤ ਵਿਭਾਗ ਦਾ ਕੰਮ ਆ ਕਿ ਉਹ ਸੜਕਾਂ 'ਤੇ ਜਿਹੜੇ ਲੋਕਾਂ ਨੇ ਰੁੱਖ ਲਾਏ ਆ ਉੱਥੇ ਨੰਬਰ 'ਤੇ ਲਾ ਜਾਂਦਾ, ਕਮ ਸੇ ਕਮ ਉਹ ਰੁੱਖ 'ਤੇ ਲਾਉਣ ਨਾ ਵੱਧ ਤੋਂ ਵੱਧ। ਉਹਦੇ ਲਈ ਅਸੀਂ ਟੈਕਸ ਦਿੰਦੇ ਹਾਂ, ਸਰਕਾਰ ਉਹਨਾਂ ਨੂੰ ਤਨਖਾਹ ਦਿੰਦੀ ਆ, ਪਰ ਸਰਕਾਰ ਹਰ ਉਪਰਾਲਾ ਜੇ ਕਰ ਰਹੀ ਆ ਤਾਂ ਸਾਡਾ ਵੀ ਫਰਜ਼ ਬਣਦਾ ਸੀ ਸਰਕਾਰ ਦੇ ਨਾਲ ਖਲੋ ਕੇ ਸਹਿਯੋਗ ਪਾਈਏ। ਹੁਣ ਬਹੁਤ ਜਲਦ ਅਸੀਂ NHA ਦੇ ਨਾਲ ਵੀ ਮੀਟਿੰਗ ਕਰਾਂਗੇ ਅਤੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜੇਕਰ ਅਸੀਂ ਵਾਤਾਵਰਣ ਨੂੰ ਬਚਾਉਣਾ ਵਾ ਤਾਂ ਸਰਕਾਰ ਸਾਡਾ ਸਹਿਯੋਗ ਕਰਦੀ ਅਤੇ ਅਸੀਂ ਇਹਨਾਂ ਰੁੱਖਾਂ ਨੂੰ ਪਾਣੀ ਵੀ ਲਾਈਏ ਔਰ ਇਹਨਾਂ ਨੂੰ ਪਾਲੀਏ ਵੀ, ਕਿਉਂਕਿ ਇਹ ਸੁੱਕ ਗਏ ਆ ਗਰਮੀ ਦੇ ਨਾਲ, ਬਹੁਤ ਬੁਰਾ ਹਾਲ ਆ। ਅਤੇ ਇੱਕ ਤਾਂ ਇੱਥੋਂ ਆਲੇ ਦੁਆਲੇ ਜਿਹੜਾ ਵਾ ਇਹ ਰੁੱਖਾਂ ਦਾ ਇਹ ਫਾਇਦਾ ਸੀ ਕਿ ਲਾਈਟਾਂ ਨਹੀਂ ਪੈਂਦੀਆਂ, ਪਰ ਹੁਣ ਜਦੋਂ ਇਹ ਸੁੱਕ ਹੀ ਗਏ ਆ ਅਤੇ ਕੋਈ ਇੱਥੇ ਸਫਾਈ ਨਹੀਂ, ਇੰਨੀ ਗੰਦੀ ਸਮੈਲ ਇੱਥੇ ਆਉਂਦੀ ਆ, ਕੋਈ ਵੜਦਾ ਨਹੀਂ, ਪਾਣੀ ਨਹੀਂ ਪਾਊਗਾ ਅਤੇ ਇਹ ਵੀ ਨਹੀਂ ਰਹਿਣੇ, ਅਤੇ ਆਲੇ ਦੁਆਲੇ ਸੜਕਦੇ ਤਾਂ ਕਿਤੇ ਕੋਈ ਰੁੱਖ ਨਜ਼ਰ ਆਉਂਦਾ ਹੀ ਨਹੀਂ, ਉਹਨੂੰ ਧੜਾ ਧੜ ਵੱਢਤਾ ਵਾ। ਅਤੇ ਜੇਕਰ ਅਸੀਂ ਰੁੱਖ ਨਹੀਂ ਲਾਵਾਂਗੇ, ਸਿਆਣੇ ਕਹਿੰਦੇ ਇੱਕ ਰੁੱਖ 100 ਸੁੱਖ, ਅਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਲੋੜ ਹੈ। ਜਿਹੜਾ 10 ਲੱਖ ਰੁੱਖ ਲਾਇਆ ਜਾ ਰਿਹਾ ਤੁਹਾਡੇ ਵੱਲੋਂ, 10 ਲੱਖ ਆ ਨਾ ਤੁਹਾਨੂੰ ਜੀ, ਇਹ ਕਾਂਗਰਸ ਪਾਰਟੀ ਵੱਲੋਂ ਲਾਇਆ ਜਾ ਰਿਹਾ ਜਾਂ ਆਪਣੇ ਜਿਹੜੇ ਅੰਮ੍ਰਿਤਸਰ ਦੇ MP ਬਣੇ ਔਜਲਾ ਸਾਹਿਬ ਉਹਨਾਂ ਵੱਲੋਂ, ਇਕੱਲਿਆਂ ਵੱਲੋਂ ਲਾਇਆ ਜਾ ਰਿਹਾ? ਦੇਖੋ, ਇਹ MP ਸਾਹਿਬ ਦੀ ਟੀਮ ਆ, ਅਸੀਂ ਸਾਰੇ ਔਜਲਾ ਸਾਹਿਬ ਦੀ, ਔਰ ਅਸੀਂ ਪਾਰਟੀ ਬਾਜੀ ਤੋਂ ਉੱਠ ਕੇ ਆਪਣੇ ਸਮਾਜ ਲਈ ਚੰਗਾ ਕਰ ਰਹੇ ਹਾਂ। ਇਹ ਸਾਰਾ ਦੇਸ਼ ਸਾਡਾ ਸਮਾਜ, ਜਿੰਨੇ ਅਸੀਂ ਲੋਕ ਹਾਂ ਅਸੀਂ ਸਾਰੇ ਇੱਕ ਹਾਂ, ਪਰ ਅੱਜ ਤੁਸੀਂ ਦੇਖੋ ਵਰਲਡ ਦੇ ਵਿੱਚ ਇੱਕ ਅਮੈਰੀਕਾ ਦਾ ਬੰਦਾ, ਉਹਨੇ ਇੱਕ ਦਿਨ ਦੇ ਵਿੱਚ 23,000 ਰੁੱਖ ਲਗਾਇਆ, ਔਰ ਅਸੀਂ ਪੰਜਾਬੀ ਪਿੱਛੇ ਫਿਰ ਕਿਉਂ ਰਹੀਏ? ਸਾਡੇ ਤਾਂ ਲੋਕ ਐਡੇ ਜੁਝਾਰੂ ਅਤੇ ਇੰਨੇ ਜਜ਼ਬੇ ਵਾਲੇ ਆ, ਇੱਕ ਦਿਨ 'ਚ 25,000 ਲਾਉਣ ਦੀ ਸ਼ਮਤਾ ਰੱਖਦੇ ਆ, ਅਤੇ ਉਹ ਅਸੀਂ ਸਾਰਿਆਂ ਨੇ ਪ੍ਰਣ ਕੀਤਾ ਪਾਰਟੀ ਬਾਜੀ ਤੋਂ ਉੱਠ ਕੇ, ਹਰ ਸੰਸਥਾ ਨੂੰ, NGO ਨੂੰ ਨਾਲ ਲਿਆ, ਪ੍ਰਸ਼ਾਸਨ ਨੂੰ ਨਾਲ ਲਿਆ, ਔਰ ਅਸੀਂ ਸਾਰਿਆਂ ਨੇ ਪ੍ਰਣ ਕੀਤਾ ਮੀਡੀਆ ਨੂੰ ਨਾਲ ਲਿਆ, ਔਰ ਸਾਰੇ ਦੇ ਸੰਯੋਗ ਦੇ ਨਾਲ ਇਹ ਜਿਹੜਾ 10 ਲੱਖ ਰੁੱਖ ਲਾਉਣਾ ਵਾ ਉਹਦੇ 'ਚ ਅਸੀਂ, ਔਜਲਾ ਸਾਹਿਬ ਨੇ ਇਹ ਨਹੀਂ ਕਿਹਾ ਵੀ ਮੈਂ ਉਹਨੂੰ ਨਹੀਂ ਨਾਲ ਲੈਣਾ ਅਤੇ ਮੈਂ ਇਕੱਲੇ ਨੇ ਲਾਉਣਾ। ਔਜਲਾ ਸਾਹਿਬ ਕਹਿੰਦੇ ਸਾਰੀ ਗੁਰੂ ਨਗਰੀ ਸਾਡਾ ਪਰਿਵਾਰ ਆ, ਔਰ ਅਸੀਂ ਆਪਣੇ ਪਰਿਵਾਰ ਨੇ ਸਾਰਿਆਂ ਨੇ ਰਲ ਮਿਲ ਕੇ ਹਰਿਆ ਭਰਿਆ ਬਣਾਉਣਾ, ਔਰ ਇੱਦਾਂ ਹੀ ਇਹ ਜੰਡਿਆਲੇ ਹਲਕੇ ਦੇ ਲਈ ਵੀ ਅਸੀਂ ਪ੍ਰਣ ਕੀਤਾ ਵਾ। ਔਰ ਮੈਂ ਮੇਰੇ ਇੱਥੇ ਸਤਿਕਾਰਯੋਗ ਵੱਡੇ ਵੀਰ ਇੱਥੋਂ ਦੇ ਸਾਬਕਾ ਵਿਧਾਇਕ ਨੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਅਸੀਂ ਵੀ ਪ੍ਰਣ ਕੀਤਾ ਕਿ ਅਸੀਂ ਵੀ ਆਪਣੇ ਹਲਕੇ ਦੇ ਵਿੱਚ ਜਿਹੜਾ ਵਾ ਉਹ ਵੱਧ ਤੋਂ ਵੱਧ ਰੁੱਖ ਲੋਕਾਂ ਤੱਕ ਪਹੁੰਚਾਵਾਂਗੇ 1 ਲੱਖ ਦੇ ਕਰੀਬ, ਅਤੇ ਉਹਨੂੰ ਲਗਾਵਾਂਗੇ ਵੀ, ਅਤੇ ਜਿੰਨਾ ਅਸੀਂ ਨਾਲ ਹੁਣ ਜਦੋਂ ਲੋਕ ਲੈ ਜਾਂਦੇ ਆ ਉਹਨਾਂ ਨੂੰ ਦੱਸੀਦਾ ਵਿਆ ਵੀ ਇਹ ਰੁੱਖ ਲੈ ਕੇ ਘਰੇ ਜਾ ਕੇ ਛੱਡ ਨਹੀਂ ਦੇਣਾ, ਇਹਨੂੰ ਪਾਲਣਾ ਵੀ ਆ, ਕਿਉਂਕਿ ਪਾਲਣਾ ਸਭ ਤੋਂ ਔਖਾ ਕੰਮ ਆ। ਜੇ ਅਸੀਂ ਉਹਨੂੰ ਐਵੇਂ ਫੋਰਮੈਲਿਟੀ ਕਰ ਦਾਂਗੇ, ਫੋਟੋ ਲਵਾ ਕੇ, ਉਹਦਾ ਫਾਇਦਾ ਕੋਈ ਨਹੀਂ। ਇਹ ਰੁੱਖ ਨੂੰ ਪਾਲਣਾ ਸਭ ਤੋਂ ਔਖਾ, ਅਤੇ ਉਹ ਕੰਮ ਅਸੀਂ ਹੁਣ ਜਿਹੜਾ ਸ਼ੁਰੂ ਕਰਤਾ ਉਹ। ਇੱਕ ਨਾ ਸਾਲ ਬਾਅਦ ਵਾਤਾਵਰਨ ਦਿਵਸ ਆਉਂਦਾ ਜੀ, ਜ਼ਿਆਦਾਤਰ ਆਪਣੇ ਕੀ ਲੋਕ ਕਰਦੇ ਆ ਕਿ ਵਾਤਾਵਰਨ ਦਿਵਸ ਵਾਲੇ ਦਿਨ ਇੱਕ ਅੱਧਾ ਰੁੱਖ ਲਾ ਕੇ ਫੋਟੋਆਂ ਖਿਚਾ ਕੇ ਅਖਬਾਰਾਂ 'ਚ ਲਵਾ ਦਿੰਦੇ ਆ, TV ਚੈਨਲਾਂ 'ਤੇ ਚਲਾ ਦਿੰਦੇ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਆਪਣੇ ਆਪ ਨੂੰ ਧੋਖਾ ਨਹੀਂ ਦੇਣਾ ਚਾਹੀਦਾ, ਉਹ ਤਾਂ ਅਸੀਂ ਆਪਣੇ ਲੋਕਾਂ ਨੂੰ ਅਤੇ ਆਪਣੇ ਆਪ ਨੂੰ ਧੋਖਾ ਦੇ ਰਹੇ। ਰੁੱਖ ਸਾਡੇ ਜੀਵਨ ਦਾ ਇੱਕ ਸਾਥ ਆ। ਵੇਖੋ, ਅਸੀਂ ਜਦੋਂ ਜੰਮਦੇ ਹਾਂ ਆਕਸੀਜਨ ਅਸੀਂ ਲੈਂਦੇ ਹਾਂ, ਆਖਰੀ ਸਾਹਾਂ ਤੱਕ ਸਾਡੇ ਨਾਲ ਨਿਭਦਾ। ਜਿਹੜੇ ਅਸੀਂ ਬੈੱਡਾਂ 'ਤੇ ਸੋਨੇ ਆ ਉਹ ਵੀ ਲੱਕੜ ਦੇ ਬਣਦੇ ਆ, ਉਹ ਵੀ ਰੁੱਖ ਤੋਂ ਮਿਲਦਾ। ਅਤੇ ਇਸ ਤੋਂ ਇਲਾਵਾ ਕਿੰਨੇ ਫਲ ਫਰੂਟ ਸਾਨੂੰ ਜਿਹੜੇ ਕਿੱਥੋਂ ਮਿਲਦੇ ਆ? ਫਿਰ ਜਦੋਂ ਅਸੀਂ ਆਖਰੀ ਸਵਾਸ ਜਦੋਂ ਛੱਡ ਜਾਂਦੇ ਇਸ ਦੁਨੀਆ ਤੋਂ ਜਾਂਦੇ ਹਾਂ, ਅਤੇ ਇਨਸਾਨ ਨੂੰ ਸਾੜਨ ਦੇ ਕੰਮ ਵੀ ਜਿਹੜੇ ਰੁੱਖ ਦੀ ਲੱਕੜ ਆਉਂਦੀ, ਅਤੇ ਸਾਨੂੰ ਰੁੱਖ ਦੀ ਕਦਰ ਕਰਨੀ ਚਾਹੀਦੀ ਆ।
ਕਿਉਂਕਿ ਕੁਦਰਤ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ, ਜਦੋਂ ਅਸੀਂ ਉਹਦੀ ਕਦਰ ਨਹੀਂ ਕਰਦੇ, ਅੱਜ ਕੁਦਰਤ ਨਾਲ ਅਸੀਂ ਇੰਨਾ ਵੈਰ ਲੈ ਲਿਆ ਅਤੇ ਉਹਦਾ ਰਿਜ਼ਲਟ ਜਿਹੜਾ ਨਿਕਲ ਨਹੀਂ ਆ, ਜਦੋਂ ਬੇਜ਼ਬਾਨਾਂ ਨੂੰ ਸਾੜੀ ਜਾਵਾਂਗੇ ਅੱਗ ਲਾ ਲਾ। ਹੁਣ ਅੱਜ ਹਿਮਾਚਲ 'ਚ ਲੋਕ ਜਾਂਦੇ ਕਿਉਂ ਜਾਂਦੇ ਆ? ਉੱਥੇ ਕੀ ਆ? ਉੱਥੇ ਮੌਸਮ ਦੇਖਣ ਜਾਂਦੇ, ਹਰਿਆਲੀ ਆ। ਅਤੇ ਜੇ ਅਸੀਂ ਇੱਥੇ ਹੀ ਰੁੱਖ ਲਾ ਲਈਏ ਅਤੇ ਆਪਣੇ ਪੰਜਾਬ ਨੂੰ ਹੀ ਹਰਿਆ ਭਰਿਆ ਬਣਾ ਲਈਏ ਤਾਂ ਫਿਰ ਸਾਨੂੰ ਬਾਹਰ ਜਾਣ ਦੀ ਕਿਤੇ ਕੀ ਲੋੜ ਆ? ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਿ ਭਰਾਓ, ਵੱਧ ਤੋਂ ਵੱਧ ਰੁੱਖ ਲਗਾਈਏ। ਇੱਕ ਰੁੱਖ 100 ਸੁੱਖ, ਅਤੇ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਤਾਂ ਵੱਧ ਤੋਂ ਵੱਧ ਰੁੱਖ ਲਗਾਈਏ। ਇਹ ਜਿਹੜੇ ਤੁਸੀਂ ਰੁੱਖ ਲਾ ਰਹੇ ਜੇ, ਇਹ ਜ਼ਿਆਦਾਤਰ ਕਿਹੜੀਆਂ ਜਗ੍ਹਾ 'ਤੇ ਲਗਾਉਣੇ ਆ? ਅਸੀਂ ਤਾਂ ਹਰ ਇੱਕ ਸੰਸਥਾ ਨੂੰ, ਹਰ ਇੱਕ ਐਨ ਜੀ ਓ ਨੂੰ, ਹਰ ਇੱਕ ਪਾਰਟੀਬਾਜ਼ੀ ਵਾਲੇ ਜਿੰਨੇ ਵੀ ਹੈਗੇ ਆ ਪੋਲੀਟੀਕਲ ਲੋਕ ਵੀ, ਉਹਨਾਂ ਨੂੰ ਵੀ ਰਿਕੁਐਸਟ ਕਰ ਰਹੇ ਵੀ ਜਿੱਥੇ ਜਿੱਥੇ ਆਪਾਂ ਨੂੰ ਖਾਲੀ ਜਗ੍ਹਾ ਮਿਲਦੀਆਂ ਆਪਾਂ ਰਲ ਮਿਲ ਕੇ ਲਾਈਏ, ਕੋਈ ਐਨ ਜੀ ਓ ਵਾਲੇ ਆ ਜਿੱਥੇ ਵੀ ਸਾਨੂੰ ਮਿਲਦੀਆਂ, ਅਸੀਂ ਹਰ ਕਿਸੇ ਦੇ ਸੰਯੋਗ ਦੇ ਨਾਲ, ਹੁਣ ਤੁਹਾਡੇ ਚੈਨਲ ਦੇ ਨਾਲ ਵੀ ਅਸੀਂ ਤੁਸੀਂ ਕਰ ਰਹੇ ਆ ਇੰਟਰਵਿਊ, ਲੋਕਾਂ ਨੇ ਦੇਖਣੀ ਆ ਕਿਸੇ ਨੂੰ ਜ਼ਰੂਰਤ ਆ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ, ਉਹ ਸਾਨੂੰ ਦੱਸੇ ਅਸੀਂ ਉਹਨਾਂ ਦੇ ਨਾਲ ਕਿਤੇ ਰੁੱਖ ਦੀ ਲੋੜ ਆ ਕਿਤੇ ਕਿਸੇ ਤਰ੍ਹਾਂ ਦਾ ਮਤਲਬ ਲਾਉਣੇ ਆ ਅਤੇ ਅਸੀਂ ਉਹਨਾਂ ਦੇ ਨਾਲ ਖਲੋਵਾਂਗੇ ਹਰ ਜਗ੍ਹਾ, ਪਰ ਉਹਨੂੰ ਪਾਲਣਾ ਪੈਣਾ ਰੁੱਖਾਂ ਨੂੰ। ਅੱਗੇ ਤਾਂ ਸਰਕਾਰਾਂ ਜ਼ਿੰਮੇਵਾਰੀ ਸਮਝਦੀਆਂ ਇਹ ਨਾ, ਜਿੱਦਾਂ ਹੁਣ ਹਾਈਵੇ 'ਤੇ ਆਪਾਂ ਖੜ੍ਹੇ ਹਾਂ, ਦੇਖੋ ਦੂਰ ਦੂਰ ਤੱਕ ਆਪਾਂ ਨੂੰ ਕਿਤੇ ਰੁੱਖ ਨਹੀਂ ਨਜ਼ਰ ਆ ਰਿਹਾ, ਇਹ ਹਾਈਵੇ 'ਤੇ ਰੁੱਖ ਲਾਉਣ ਦੀ ਜ਼ਿੰਮੇਵਾਰੀ ਕਿਹਦੀ ਹੁੰਦੀ ਸੀ ਪਹਿਲਾਂ, ਆਪਣੀ ਪੰਜਾਬ ਸਰਕਾਰ ਦੀ ਕਿ ਜਾਂ ਸੈਂਟਰ ਸਰਕਾਰ ਦੀ? ਦੋਨਾਂ ਸਰਕਾਰਾਂ ਦੀ ਹੁੰਦੀ ਸੀ। NHA ਨੇ ਦੇਖੋ ਜਦੋਂ ਸੜਕਾਂ ਬਣਾਈਆਂ ਸਾਰੇ ਰੁੱਖ ਵੱਢਤੇ ਧੜਾ ਧੜ, ਅਤੇ ਲਾਉਣੇ ਕਿੰਨੇ ਸੀ ਉਹ ਬਾਹਰੋਂ ਆਈਆਂ ਕੰਪਨੀਆਂ ਨੇ ਵੱਢਤੇ, ਹੁਣ ਲਾਉਣੇ ਤਾਂ ਜੰਗਲਾਤ ਵਿਭਾਗ ਨੇ ਸੀਗੇ ਅਤੇ ਉਹ ਲਾਏ ਆ ਜਿਹੜੇ ਲੋਕਾਂ ਨੇ ਘਰਾਂ ਦੇ ਬਾਹਰ, ਉੱਥੇ ਨੰਬਰ ਲਾ ਤੇ ਆ, ਕਿਤੇ ਨਾ ਕਿਤੇ ਸਰਕਾਰ ਨੂੰ ਨਹੀਂ ਅਸੀਂ ਦੋਸ਼ੀ ਦੇ ਸਕਦੇ, ਉਹਦੇ ਅਸੀਂ ਵੀ ਦੋਸ਼ੀ ਹਾਂ ਵੀ ਜੇਕਰ ਉਹ ਨਹੀਂ ਲਾਉਂਦੇ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਲਾ ਲਈਏ। ਆਕਸੀਜਨ ਤਾਂ ਸਾਨੂੰ ਉਹ ਦਿੰਦੇ ਆ, ਅਤੇ ਸਰਕਾਰਾਂ ਜਿੱਥੇ ਕਿ ਥੋੜ੍ਹੀ ਜਿਹੀ ਸਖਤੀ ਕਰ ਦੇਣ ਤਾਂ ਬੜਾ ਵਧੀਆ ਹੋ ਜੂਗਾ। ਮੈਂ ਜਲਦ ਹੀ ਜਿਹੜੇ ਸਾਡੇ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ, ਉਹ ਜੰਗਲਾਤ ਵਿਭਾਗ ਦੇ, ਮੈਂ ਮਿਲੂੰਗਾ ਵੀ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਥੋੜ੍ਹੀ ਜਿਹੀ ਸਖਤੀ ਕਰਨ ਅਫਸਰਾਂ 'ਤੇ, ਕਿਉਂਕਿ ਅਫਸਰਾਂ ਦੀ ਲਾਪਰਵਾਹੀ ਕਾਰਨ ਹੀ ਅੱਜ ਜਿਹੜਾ ਇਹ ਕੁਛ ਹੋਇਆ ਵਾ। ਔਰ ਸਰਕਾਰ ਤਾਂ ਅਪੀਲਾਂ ਕਰਦੀ ਰਹਿੰਦੀ ਆ, ਸਰਕਾਰ ਨੂੰ ਇਹ ਕਿੱਥੇ ਕਿੱਥੇ ਦੋਸ਼ੀ ਕਰ ਦਾਂਗੇ, ਅਸੀਂ ਵੀ ਕਿਸੇ ਹੱਦ ਤੱਕ ਦੋਸ਼ੀ ਹਾਂ, ਸਾਡਾ ਵੀ ਫਰਜ਼ ਬਣਦਾ। ਹੁਣ ਇਹ ਅਸੀਂ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਜੇ ਤੁਰੇ ਹਾਂ ਅਤੇ ਇਸ ਕਰਕੇ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇਣਾ। ਹੁਣ ਅਸੀਂ ਮਨ ਬਣਾ ਲਿਆ ਕਿ ਅਸੀਂ ਆਪ ਕਰੀਏ, ਦੂਜਿਆਂ ਨੇ ਕਰਦੇ ਨਹੀਂ ਕਰਦੇ ਉਹਨਾਂ ਤੋਂ ਅਸੀਂ ਕੀ ਲੈਣਾ, ਅਸੀਂ ਆਪ ਲਾਉਣ ਦੀ ਰੁੱਖ ਜਿਹੜੀ ਆ ਮੁਹਿੰਮ ਸ਼ੁਰੂ ਕਰਤੀ ਆ। ਨਹੀਂ ਦੇਖੋ ਸੜਕਾਂ ਬਣਦੀਆਂ ਆ, ਠੀਕ ਹੈ ਸੜਕਾਂ ਬਣਦੀਆਂ, ਰੁੱਖ ਕੱਟਣੇ ਪੈਣੇ ਆ, ਚਲੋ ਉਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਔਰ ਸਾਡਾ ਫਰਜ਼ ਇਹ ਬਣਦਾ ਨਾ ਵੀ ਜੇ ਅੱਜ ਅਸੀਂ ਇੰਨੇ ਰੁੱਖ ਹਜ਼ਾਰਾਂ ਦੇ ਹਿਸਾਬ ਨਾਲ ਰੁੱਖ ਕੱਟੇ ਆ, ਇਹਨਾਂ ਹਜ਼ਾਰਾਂ ਦੇ ਹਿਸਾਬ ਨਾਲ ਉਹਦੇ ਮੁਕਾਬਲੇ ਅਸੀਂ ਰੁੱਖ ਨਵੀਂ ਜਗ੍ਹਾ 'ਤੇ ਲਾਈਏ ਜਾਂ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਵੀ ਅਸੀਂ ਇੰਨੇ ਰੁੱਖ ਕੱਟ ਦਿੱਤੇ ਆ, ਸਰਕਾਰ ਨੂੰ ਉਹਦਾ ਕੋਈ ਲੇਖਾ ਜੋਖਾ ਰੱਖਣਾ ਚਾਹੀਦਾ ਵੀ ਇੰਨੇ ਰੁੱਖ ਅਸੀਂ ਸੜਕ ਬਣਾਉਣ ਵਾਸਤੇ ਕੱਟੇ, ਉਹਦੀ ਜਗ੍ਹਾ ਸਾਨੂੰ ਇੰਨੇ ਰੁੱਖ ਦੁਬਾਰਾ ਲਾਉਣੇ ਚਾਹੀਦੇ। ਬਿਲਕੁਲ, ਰੁੱਖ ਤਾਂ ਪਹਿਲੀ ਗੱਲ ਵੱਢਣ ਦੀ ਲੋੜ ਹੀ ਨਹੀਂ, ਬਾਹਰੋਂ ਅਸੀਂ ਕਿੰਨੀ ਟੈਕਨੋਲੋਜੀ ਵੱਧ ਗਈ ਆ, ਬਾਹਰ ਤੁਸੀਂ ਵੇਖੋ ਉਹ ਰੁੱਖ ਨੂੰ ਉੱਥੋਂ ਹੀ ਉਹ ਸ਼ਿਫਟ ਕਰ ਦਿੰਦੇ ਆ ਪਰੇ ਬੰਨੇ ਜਾਂ ਸੜਕ ਨੂੰ ਥੋੜ੍ਹਾ ਸਾਈਡ 'ਤੇ ਕਰ ਦਿੰਦੇ। ਸਾਡੇ ਹੀ ਇਹ ਦੇਸ਼ ਦੇ ਵਿੱਚ ਆ ਵੀ ਦਵਾ ਦਾ ਪੁੱਟ ਦਿਉ, ਹੁਣ ਸਾਡੇ ਦੇਸ਼ 'ਚ ਵੀ ਇਹ ਟੈਕਨੋਲੋਜੀ ਆ ਗਈ ਆ, ਕਿਸੇ ਵੀ ਪਲੇ ਰੁੱਖ ਨੂੰ ਵੱਢਣ ਦੀ ਲੋੜ ਨਹੀਂ ਆ। ਉਸ ਰੁੱਖ ਨੂੰ ਥੋੜ੍ਹਾ ਜਿਹਾ ਉੱਥੋਂ ਬੜੇ ਪਲੈਨਿੰਗ ਦੇ ਨਾਲ ਉੱਥੋਂ ਪੁੱਟਦੇ ਆ, ਦੂਜੀ ਜਗ੍ਹਾ ਸ਼ਿਫਟ ਕਰ ਦਿੰਦੇ ਆ, ਪਰ ਇਹ ਸਾਨੂੰ ਥੋੜ੍ਹਾ ਜਿਹਾ ਸਮਝਣਾ ਪਊਗਾ ਕਿ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਹਟੇ, ਸੜਕਾਂ ਬਣਾਉਣ ਦੇ ਚੱਕਰ 'ਚ ਰੁੱਖਾਂ ਨੂੰ ਵੱਢੀ ਗਏ ਧੜਾਧੜ, ਅਤੇ ਰੁੱਖ ਜਿਹੜੇ ਜਾਂਦੇ ਕਿਤੇ ਬਹੁਤ ਹੀ ਘੱਟ ਕੀਮਤ ਦੇ ਜਿਹੜੇ ਖਰੀਦਦੇ ਜਿਹੜੇ ਲੋਕ ਖਰੀਦਦੇ ਆ, ਅਤੇ ਰੁੱਖ ਲਾਉਣ ਵਾਲੇ ਵੀ ਹੈਗੇ ਆ ਅਤੇ ਰੁੱਖ ਵੱਢਣ ਵਾਲੇ ਵੀ ਹੈਗੇ। ਤੁਹਾਨੂੰ ਦੋ ਕਿਸਮਾਂ ਦੇ ਲੋਕ ਮਿਲਣਗੇ, ਅੱਗ ਲਾਉਣ ਵਾਲੇ ਅਤੇ ਬੁਝਾਉਣ ਵਾਲੇ। ਅਸੀਂ ਅੱਜ ਅੱਗ ਬੁਝਾਉਣ ਵਾਲਿਆਂ 'ਚ ਖੜ੍ਹੇ ਹਾਂ, ਤੁਸੀਂ ਅੱਗ ਬੁਝਾਉਣ ਵਾਲਿਆਂ 'ਚ ਖੜ੍ਹੇ, ਜਿਹੜੇ ਅੱਗ ਲਾਉਣ ਵਾਲੇ ਉਹਨਾਂ ਨੇ ਤਾਂ ਸੁਧਰਨਾ ਨਹੀਂ, ਜਿੰਨੀਆਂ ਮਰਜ਼ੀ ਬੇਨਤੀਆਂ ਕਰ ਲਈਏ, ਭਾਵੇਂ ਸਰਕਾਰ ਕਰ ਲਏ ਭਾਵੇਂ ਅਸੀਂ ਕਰ ਲਈਏ, ਉਹਨਾਂ ਨੇ ਤਾਂ ਰਾਤ ਬਰਾਤੇ ਕੰਮ ਕਰ ਹੀ ਜਾਣਾ, ਪਰ ਆਪਾਂ ਜਿਹੜਾ ਵਾ ਉਹ ਅੱਗ ਬੁਝਾਉਣ ਵਾਲਿਆਂ 'ਚ ਖਲੋਤੇ ਅੱਜ, ਅਤੇ ਉਹ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ। ਅਖੀਰ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਰੁੱਖਾਂ ਬਾਰੇ, ਖਾਸ ਕਰਕੇ ਸਾਡੀ ਅੱਤ ਦੀ ਪੈ ਰਹੀ ਗਰਮੀ, ਜਿਹੜਾ ਕਿ ਇੰਨਾ ਤਾਪਮਾਨ 47-48 ਤੱਕ ਪਹੁੰਚ ਗਿਆ,
ਔਰ ਲੋਕ ਮਰ ਰਹੇ ਆ ਗਰਮੀ ਦੇ ਨਾਲ। ਤੁਸੀਂ ਦੇਖ ਰਹੇ ਜੇ ਅਖਬਾਰਾਂ ਦੇ ਵਿੱਚ ਵੀ ਖਬਰਾਂ ਆ ਰਹੀਆਂ ਕਿ ਕਈ ਲੋਕਾਂ ਦੀ ਗਰਮੀ ਦੇ ਨਾਲ ਮੌਤ ਹੋ ਰਹੀ ਹੈ, ਜਾਨਵਰ ਵਿਚਾਰੇ ਮਰ ਰਹੇ ਆ। ਔਰ ਇਹਦਾ ਸਭ ਤੋਂ ਵੱਡਾ ਕਾਰਨ ਤਾਂ ਇਹੋ ਹੀ ਹੈ ਵੀ ਜਿਹੜਾ ਰੁੱਖਾਂ ਦੀ ਘਾਟ ਹੈ ਸਭ ਤੋਂ ਵੱਡੀ। ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਵੇਖੋ ਇਹੀ ਸੰਦੇਸ਼ ਦੇਊਂਗਾ ਵੀ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੋਂ ਅਸੀਂ ਭਟਕ ਗਏ ਹਾਂ। ਗੁਰੂ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮਾ। ਇਹ ਤਿੰਨਾਂ ਗੱਲਾਂ ਦਾ ਮਤਲਬ ਸਮਝ ਲਓ, ਗੁਰਬਾਣੀ ਦੀਆਂ ਪੰਕਤੀਆਂ ਦਾ, ਸਾਡਾ ਜੀਵਨ ਇਹਦੇ ਵਿੱਚ ਹੀ ਸਵਰ ਜੂਗਾ। ਹਰ ਇੱਕ ਇਨਸਾਨ ਨੂੰ ਭਾਵੇਂ ਘਰ 'ਚ ਥੋੜ੍ਹੀ ਜਗ੍ਹਾ ਵਾ, ਇੱਕ ਰੁੱਖ ਜ਼ਰੂਰ ਲਾਓ, ਭਾਵੇਂ ਛੋਟਾ ਲਾਓ ਭਾਵੇਂ ਵੱਡਾ ਲਾਓ, ਜ਼ਰੂਰ ਲਾਓ। ਕਿਉਂਕਿ ਅਸੀਂ ਬਹੁਤ ਕੁਛ ਨੇਚਰ ਕੋਲੋਂ ਲਿਆ, ਅਸੀਂ ਦਿੱਤਾ ਕੁਛ ਨਹੀਂ, ਸਵਾਸ ਤਾਂ ਅਸੀਂ ਲੈ ਲਏ ਅਤੇ ਉਹਦੇ ਬਦਲੇ ਦਿੱਤਾ ਕਿਤੇ ਜਿੱਥੋਂ ਸਵਾਸ ਲੈਂਦੇ ਹਾਂ, ਜੇ ਉਹੀ ਰੁੱਖ ਵੱਢੀ ਗਏ ਤਾਂ ਫਿਰ ਸਾਡਾ ਜੀਵਨ ਜਿਹੜਾ ਵਾ ਅਸੀਂ ਇੱਕ ਇੱਥੋਂ ਪਾਪੀ ਬਣ ਕੇ ਨਾ ਜਾਈਏ, ਆਪਣੇ ਸਮਾਜ ਨੂੰ ਚੰਗੀ ਸਿਹਤ ਦੇ ਕੇ ਜਾਈਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ। ਕਮ ਸੇ ਕਮ ਹਰ ਇੱਕ ਇਨਸਾਨ ਨੂੰ ਇੱਕ ਜਾਂ ਦੋ ਰੁੱਖ ਲਗਾਉਣੇ ਚਾਹੀਦੇ। ਧੰਨਵਾਦ ਜੀ। ਇਹ ਸਨ ਸੋਨੂੰ ਜੰਡਿਆਲਾ ਜੀ, OBC ਸੈੱਲ ਦੇ ਪੰਜਾਬ ਦੇ ਪ੍ਰਧਾਨ, ਜਿਨ੍ਹਾਂ ਨੇ ਬੜਾ ਵਿਸਥਾਰ ਦੇ ਨਾਲ ਦੱਸਿਆ ਕਿ ਸਾਡੇ ਦੇਸ਼ ਵਿੱਚ ਰੁੱਖਾਂ ਦੀ ਕਿੰਨੀ ਮਹੱਤਤਾ ਵਾ, ਕਿੰਨੀ ਜ਼ਰੂਰਤ ਆ ਸਾਨੂੰ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਾਈਏ। ਅੱਜ ਜਿਹੜੀ ਅੱਤ ਦੀ ਗਰਮੀ ਪੈਣ ਡਈ ਹੈ ਇਹਦਾ ਕਾਰਨ ਇਹੋ ਹੀ ਆ ਕਿ ਅਸੀਂ ਰੁੱਖ ਵੱਢ ਜ਼ਰੂਰ ਰਹੇ ਹਾਂ ਪਰ ਉਹਦੀ ਜਗ੍ਹਾ ਨਵੇਂ ਨਹੀਂ ਲਗਾ ਰਹੇ। ਵੱਢ ਆਪਾਂ ਹਜ਼ਾਰਾਂ ਦੀ ਗਿਣਤੀ 'ਚ ਰਹੇ ਹਾਂ ਔਰ ਜਿਹੜੇ ਲੱਗ ਰਹੇ ਆ ਉਹ ਸੈਂਕੜੇ ਦੀ ਗਿਣਤੀ ਵੀ ਲੱਗ ਰਹੇ। ਇਸ ਕਰਕੇ ਵੱਧ ਤੋਂ ਵੱਧ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਉਹ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਰੁੱਖ ਲਾਓ, ਕਿਉਂਕਿ ਰੁੱਖ ਹੀ ਜ਼ਿੰਦਗੀ ਆ। ਰੁੱਖ ਆਪਾਂ ਨੂੰ ਜਿਉਂਦਿਆਂ ਨੂੰ ਵੀ ਆਪਣੇ ਕੰਮ ਆਉਂਦਾ ਅਤੇ ਮਰਿਆਂ ਦੇ ਵੀ ਇਹੋ ਕੰਮ ਆਉਂਦਾ। ਕਿਹੜੀ ਜਗ੍ਹਾ ਵਾ ਜਿੱਥੇ ਆਪਾਂ ਨੂੰ ਲੱਕੜ ਦੀ ਲੋੜ ਨਹੀਂ ਪੈਂਦੀ? ਇਸ ਕਰਕੇ ਇਹ ਰੁੱਖਾਂ ਦੇ ਵਿੱਚ ਹੀ ਆਪਣਾ ਜੀਵਨ ਆ। ਜਿੰਨੇ ਵੀ ਵੱਧ ਤੋਂ ਵੱਧ ਰੁੱਖ ਲਗਾ ਲਓਗੇ ਆਪਣੀ ਜਿਹੜੀ ਜ਼ਿੰਦਗੀ 'ਚ ਖੁਸ਼ਹਾਲ ਹੋ ਜੂਗੀ ਔਰ ਆਪਣਾ ਜਿਹੜੀਆਂ ਬਿਮਾਰੀਆਂ ਤੋਂ ਰਾਹਤ ਮਿਲੂਗੀ, ਆਕਸੀਜਨ ਮਿਲੂਗੀ। ਜੇ ਆਪਾਂ ਨੂੰ ਆਕਸੀਜਨ ਮਿਲਦੀ ਹੈ ਤਾਂ ਆਪਾਂ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਆ, ਜੇ ਆਪਾਂ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਤਾਂ ਆਪਾਂ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ। ਮੈਂ ਜੰਡਿਆਲਾ ਗੁਰੂ ਤੇ ਜਸਪਾਲ ਸ਼ਰਮਾ, 10 ਅਮਰ ਨਿਊਜ਼।